ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਿਚਨ ਵਿੱਚ। ਅਤੇ ਅੱਜ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਬੈਂਗਣ ਦੇ ਭਰਥੇ ਦੀ। ਹਾਂਜੀ, ਅੱਜ ਆਪਾਂ ਬੈਂਗਣ ਦਾ ਭਰਥਾ ਬਣਾਵਾਂਗੇ, ਅਤੇ ਉਹ ਵੀ ਬਣਾਵਾਂਗੇ ਆਪਾਂ ਚੁੱਲ੍ਹੇ ਦੇ ਬਾਹਰ ਡਾਇਰੈਕਟ ਅੱਗ 'ਤੇ। ਆਪਾਂ ਜਿਹੜੇ ਬੈਂਗਣ ਜਿਹੜੇ ਹੈਗੇ ਉਹਨਾਂ ਨੂੰ ਫਰਾਈ ਕਰਾਂਗੇ, ਰੋਸਟ ਕਰਾਂਗੇ, ਅਤੇ ਬੈਂਗਣ ਦਾ ਭਰਥਾ ਬਣਾਵਾਂਗੇ ਬਿਲਕੁਲ ਹੀ ਦੇਸੀ ਜਿਹੇ ਤਰੀਕੇ ਨਾਲ, ਜਿਵੇਂ ਆਪਣੇ ਮਦਰ ਗ੍ਰੈਂਡ ਮਦਰ ਬਣਾਉਂਦੇ ਸੀ ਉਸੇ ਤਰ੍ਹਾਂ। ਅੱਜ ਕੱਲ੍ਹ ਗੈਸ 'ਤੇ ਮਤਲਬ ਰੋਸਟ ਕਰ ਲੈਂਦੇ ਆ ਬੈਂਗਣ ਨੂੰ, ਉਵੇਂ ਵੀ ਅੱਛਾ ਬਣਦਾ, ਪਰ ਜਿਵੇਂ ਜਿਹੜਾ ਸਵਾਦ ਚੁੱਲ੍ਹੇ 'ਤੇ ਆਉਂਦਾ ਰੋਸਟ ਕਰਨ ਨਾਲ ਬੈਂਗਣ ਦਾ, ਉਹ ਵੱਖਰਾ ਹੀ ਹੁੰਦਾ। ਅਤੇ ਅੱਜ ਆਪਾਂ ਬਾਹਰ ਚੁੱਲ੍ਹੇ ਦੇ ਉੱਪਰ ਬੈਂਗਣ ਦਾ ਭਰਥਾ ਬਣਾਵਾਂਗੇ, ਡਾਇਰੈਕਟ ਅੱਗ ਦੇ ਉੱਪਰ ਆਪਾਂ ਜਿਹੜੇ ਬੈਂਗਣ ਹੈਗੇ ਰੋਸਟ ਕਰਾਂਗੇ। ਇਸ ਤੋਂ ਪਹਿਲਾਂ ਕਿ ਆਪਾਂ ਬੈਂਗਣ ਦਾ ਭਰਥਾ ਬਣਾਉਣਾ ਸ਼ੁਰੂ ਕਰੀਏ, ਜਿਹੜੇ ਫਰੈਂਡ ਸਾਡੇ ਚੈਨਲ 'ਤੇ ਨਵੇਂ ਆਏ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਅਤੇ ਚਲੋ ਜੀ, ਚੁੱਲ੍ਹੇ ਦੇ ਉੱਪਰ ਆਪਾਂ ਅੱਜ ਬੈਂਗਣ ਜਿਹੜੇ ਹੈਗੇ ਆ ਉਹ ਰੋਸਟ ਕਰਾਂਗੇ, ਅਤੇ ਉਹਨਾਂ ਦਾ ਭਰਥਾ ਬਣਾਵਾਂਗੇ। ਬਹੁਤ ਹੀ ਸਿੰਪਲ ਜੀ ਰੈਸਪੀ ਆ ਜੀ, ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰੋ। ਇਸ ਤਰ੍ਹਾਂ ਆਪਾਂ ਜਿਹੜੇ ਹੈਗੇ ਆ ਬੈਂਗਣ ਲੈ ਲਏ ਸੀ ਤਿੰਨ ਵੱਡੇ, ਅਤੇ ਉਹਨਾਂ ਨੂੰ ਇਸੇ ਤਰ੍ਹਾਂ ਚਮਟਾ ਜਿਹੜਾ ਹੈਗਾ ਜੋ ਵੀ ਹੁੰਦਾ ਆਪਣੇ ਘਰ ਵਿੱਚ, ਉਸਦੀ ਹੈਲਪ ਦੇ ਨਾਲ ਆਪਾਂ ਇਸ ਨੂੰ ਅੱਗ ਦੇ ਉੱਪਰ ਰੱਖ ਲੈਣਾ। ਅੱਗ ਦੇ ਉੱਪਰ ਰੱਖਣਾ, ਬਲਦੀ ਹੋਈ ਅੱਗ ਦੇ ਉੱਪਰ। ਜੇਕਰ ਆਪਣੇ ਕੋਲ ਇਕੱਲੇ ਲੱਕੜ ਦੇ ਕੋਲੇ ਹੈਗੇ ਆ ਬਲਦੇ ਹੋਏ, ਤਾਂ ਆਪਾਂ ਇਹਨਾਂ ਨੂੰ ਜਿਹੜੇ ਬੈਂਗਣ ਆ ਇਹਨਾਂ ਨੂੰ ਉਹਨਾਂ ਦੇ ਵਿੱਚ ਦਬਾ ਕੇ ਵੀ ਇਹਨਾਂ ਨੂੰ ਰੋਸਟ ਕਰ ਸਕਦੇ ਹਾਂ, ਉੱਪਰੋਂ ਵੀ ਢੱਕ ਸਕਦੇ ਹਾਂ ਕੋਲਿਆਂ ਦੇ ਨਾਲ। ਪਰ ਇੱਥੇ ਜਿਹੜੀਆਂ ਪਾਥੀਆਂ ਅਤੇ ਨਾਲ ਨਾਲ ਮੈਂ ਇੱਕ ਲੱਕੜ ਵੀ ਲਾਈ ਹੋਈ ਹੈ ਵਿੱਚ ਚੁੱਲ੍ਹੇ ਦੇ, ਅਤੇ ਮੈਂ ਡਾਇਰੈਕਟ ਅੱਗ ਦੇ ਉੱਪਰ ਹੀ ਇਹਨਾਂ ਨੂੰ ਰੱਖੂੰਗੀ, ਵਿੱਚ ਨਹੀਂ ਦਬਾਉਂਗੀ। ਅਤੇ ਜੇਕਰ ਤੁਹਾਡੇ ਕੋਲ ਲੱਕੜ ਦੇ ਕੋਲੇ, ਤੁਸੀਂ ਉਸ ਨੂੰ ਚੰਗੀ ਤਰ੍ਹਾਂ ਦਬਾ ਲਓ ਵਿੱਚ, ਅਤੇ 5-7 ਮਿੰਟ ਬਾਅਦ ਇਹ ਸਾਰੇ ਪਾਸਿਓਂ ਖੁਦ ਰੋਸਟ ਹੋ ਜਾਣਗੇ, ਜਿਹੜੇ ਉੱਪਰਲਾ ਛਿਲਕਾ ਉਹ ਜਲ ਜਾਵੇਗਾ। ਅਤੇ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਅਲਟ ਪਲਟ ਕੇ ਇਹਨਾਂ ਨੂੰ ਰੋਸਟ ਕਰਨਾ ਅੱਗ ਦੇ ਉੱਪਰ, ਅਤੇ ਜਦੋਂ ਉੱਪਰਲਾ ਛਿਲਕਾ ਜਲ ਗਿਆ ਅਤੇ ਆਪਾਂ ਇਸ ਤਰ੍ਹਾਂ ਚਮਟੇ ਦੀ ਹੈਲਪ ਦੇ ਨਾਲ ਇਹਨਾਂ ਨੂੰ ਬਾਹਰ ਕੱਢ ਲੈਣਾ, ਅਤੇ ਪਾਣੀ ਦੇ ਵਿੱਚ ਰੱਖ ਲੈਣਾ ਡਾਇਰੈਕਟ ਹੀ, ਤਾਂ ਜੋ ਇਹ ਠੰਡੇ ਹੋ ਜਾਣ ਅਤੇ ਇਹਨਾਂ ਦਾ ਛਿਲਕਾ ਜਿਹੜਾ ਉਤਾਰਨਾ ਉਹ ਸੌਖਾ ਹੋ ਜਾਵੇ। ਇੱਕ ਤਾਂ ਛਿਲਕਾ ਗਿੱਲਾ ਹੋ ਜਾਏਗਾ ਅਤੇ ਜਲਦੀ ਉਤਰ ਜਾਏਗਾ, ਅਤੇ ਦੂਸਰਾ ਇਹ ਠੰਡੇ ਹੋ ਜਾਣਗੇ। ਹਾਂਜੀ, ਇਸ ਤਰ੍ਹਾਂ ਆਪਾਂ ਜਿਹੜਾ ਛਿਲਕਾ ਹੌਲੀ ਹੌਲੀ ਉਤਾਰ ਲੈਣਾ ਹੈਗਾ, ਬਹੁਤ ਹੀ ਈਜ਼ੀ ਜਿਹਾ ਇਹ ਛਿਲਕਾ ਜਿਹੜਾ ਨਿਕਲ ਜਾਂਦਾ, ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਅਤੇ 5 ਕੁ ਮਿੰਟ ਦੇ ਵਿੱਚ ਹੀ ਆਪਣੇ ਜਿਹੜੇ ਬੈਂਗਣ ਰੋਸਟ ਹੋ ਗਿਆ ਅੱਗ ਦੇ ਉੱਪਰ, ਜ਼ਿਆਦਾ ਟਾਈਮ ਨਹੀਂ ਲੱਗਿਆ। ਜਿਹੜਾ ਗੈਸ ਦੇ ਉੱਪਰ ਜ਼ਿਆਦਾ ਟਾਈਮ ਲੱਗਦਾ, ਜੇਕਰ ਜੇ ਗੈਸ ਦੇ ਉੱਪਰ ਆਪਾਂ ਇਹਨਾਂ ਨੂੰ ਮਤਲਬ ਫਰਾਈ ਕਰੀਏ ਰੋਸਟ ਕਰੀਏ ਤਾਂ, ਅਤੇ ਬਹੁਤ ਹੀ ਈਜ਼ੀ ਜਿਹਾ ਤਰੀਕਾ ਹੈ ਜੀ, ਸਿੰਪਲ ਜਿਹਾ, ਅਤੇ ਬਹੁਤ ਹੀ ਜਲਦੀ ਤਿਆਰ ਹੋਣ ਵਾਲਾ ਆਪਣਾ ਬੈਂਗਣ ਦਾ ਭਰਥਾ ਬਾਹਰ ਚੁੱਲ੍ਹੇ ਦੇ ਉੱਪਰ, ਅਤੇ ਬਹੁਤ ਹੀ ਟੇਸਟੀ ਵੀ, ਇਹਦਾ ਟੇਸਟ ਵੀ ਬਹੁਤ ਅਲੱਗ ਹੀ ਆਉਂਦਾ। ਜੇ ਆਲੂ ਵੀ ਆਪਾਂ ਇਸੇ ਤਰ੍ਹਾਂ ਰੋਸਟ ਕਰ ਸਕਦੇ ਹਾਂ ਚੁੱਲ੍ਹੇ ਦੇ ਵਿੱਚ ਅੱਗ ਦੇ ਉੱਪਰ, ਅਤੇ ਉਹਦਾ ਟੇਸਟ ਵੀ ਬਹੁਤ ਵਧੀਆ ਆਉਂਦਾ, ਉਹਦੀ ਵੀ ਉੱਪਰਲੀ ਛਿਲਕ ਜਿਹੜੀ ਹੈਗੀ ਆ ਉਹ ਜਲ ਜਾਂਦੀ ਆ, ਅਤੇ ਉਹਦੇ ਵਿੱਚ ਜਿਹੜਾ ਟੇਸਟ ਆ ਆਲੂ ਦਾ ਵੀ ਬਹੁਤ ਵਧੀਆ ਆਉਂਦਾ, ਤੁਸੀਂ ਉਸੇ ਤਰ੍ਹਾਂ ਵੀ ਖਾ ਸਕਦੇ ਹੋ। ਅਤੇ ਇਹ ਜਿਹੜਾ ਅੱਜ ਆਪਾਂ ਬੈਂਗਣ ਦਾ ਭਰਥਾ ਬਣਾਉਣ ਜਾ ਰਹੇ ਹਾਂ ਅੱਗ ਦੇ ਉੱਪਰ, ਅਤੇ ਹੁਣ ਆਪਾਂ ਸਾਫ਼ ਪਾਣੀ ਪਾ ਕੇ ਇਸ ਨੂੰ ਧੋ ਲਾਂਗੇ, ਅਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਨਿਚੋੜ ਲਾਂਗੇ ਪਾਣੀ ਇਹਦਾ, ਸਾਫ਼ ਪਾਣੀ ਦੇ ਵਿੱਚ ਆਪਾਂ ਇਹਨੂੰ ਧੋ ਲੈਣਾ, ਅਤੇ ਪਾਣੀ ਜਿਹੜਾ ਚੰਗੀ ਤਰ੍ਹਾਂ ਨਿਚੋੜ ਲੈਣਾ ਹੈਗਾ, ਤਾਂ ਜੋ ਆਪਣਾ ਜਿਹੜਾ ਬੈਂਗਣ ਦਾ ਭਰਥਾ ਹੈਗਾ ਉਹ ਸੁੱਕਾ ਸੁੱਕਾ ਬਣੇ, ਵਿੱਚ ਪਾਣੀ ਨਾ ਰਹੇ। ਅਤੇ ਜੇ ਤੁਸੀਂ ਚਾਹੋ ਤਾਂ ਇਸ ਨੂੰ ਕੁੰਡੇ ਦੇ ਵਿੱਚ ਵੀ ਪੀਸ ਸਕਦੇ ਹੋ ਚੰਗੀ ਤਰ੍ਹਾਂ, ਪਰ ਉਹ ਪੇਸਟ ਜਿਹਾ ਬਣ ਜਾਊਗਾ ਅਤੇ ਅੱਛਾ ਟੇਸਟ ਜਿਹਾ ਨਹੀਂ ਆਉਂਦਾ ਉਸਦਾ। ਅਤੇ ਆਪਾਂ ਇਸ ਨੂੰ ਚਾਕੂ ਦੀ ਹੈਲਪ ਦੇ ਨਾਲ ਹੀ ਥੋੜ੍ਹਾ ਇਸੇ ਤਰ੍ਹਾਂ ਬਰੀਕ ਬਰੀਕ ਕੱਟ ਲੈਣਾ, ਅਤੇ ਤਾਂ ਜੋ ਇਹਦਾ ਜਿਹੜਾ ਟੇਸਟ ਆ ਆਪਣਾ ਬੈਂਗਣ ਦਾ ਆਪਣਾ ਜਦੋਂ ਖਾਈਏ ਤਾਂ ਬਹੁਤ ਹੀ ਵੱਖਰਾ ਜਿਹਾ ਆਵੇ, ਅਤੇ ਉਹ ਪੇਸਟ ਜਿਹਾ ਚੰਗਾ ਨਹੀਂ ਲੱਗਦਾ ਗਾ ਅਗਰ ਆਪਾਂ ਉਹਦਾ ਕੁੰਡੇ ਦੇ ਵਿੱਚ ਕੁੱਟ ਲਵਾਂਗੇ ਤਾਂ। ਅਤੇ ਹੁਣ ਆਪਾਂ ਉਸੇ ਅੱਗ ਦੇ ਉੱਪਰ ਹੀ ਕੜਾਹੀ ਧਰ ਲਾਂਗੇ ਚੁੱਲ੍ਹੇ ਦੇ ਉੱਪਰ ਬਾਹਰ, ਅਤੇ ਇਸ ਨੂੰ ਤੜਕਾ ਲਗਾਵਾਂਗੇ। ਹਾਂਜੀ, ਹੁਣ ਆਪਾਂ ਇਹਦੇ ਵਿੱਚ ਕੜਾਹੀ ਗਰਮ ਹੋਣ 'ਤੇ ਓਇਲ ਪਾਵਾਂਗੇ, ਸਰਸੋਂ ਦਾ ਤੇਲ ਮੈਂ ਯੂਜ਼ ਕੀਤਾ, ਬਹੁਤ ਹੀ ਥੋੜ੍ਹਾ ਯੂਜ਼ ਕੀਤਾ, ਜ਼ਿਆਦਾ ਓਇਲ ਨਹੀਂ ਯੂਜ਼ ਕੀਤਾ ਗਾ, ਸਿਰਫ ਇੱਕ ਕੜਛੀ ਆ ਨਿੱਕੀ ਉਹਦੀ ਉਹ ਯੂਜ਼ ਕੀਤੀ ਆ। ਇਸ ਲਈ ਆਪਾਂ 2 ਵੱਡੇ ਪਿਆਜ਼ ਕੱਟ ਲਏ ਆ, 5-6 ਹਰੀਆਂ ਮਿਰਚਾਂ ਲੰਬੀਆਂ ਕੱਟ ਲਈਆਂ, ਅਦਰਕ ਕੱਟ ਲੰਬਾ, 2 ਵੱਡੇ ਟਮਾਟਰ ਕੱਟ ਲਏ ਆ, ਲੂਣ ਮਿਰਚ ਮਸਾਲਾ ਹਲਦੀ 1-1 ਚਮਚ, ਧਨੀਆ ਜਿਹੜਾ ਹੈਗਾ ਸੁੱਕਾ ਉਹ ਕ੍ਰਸ਼ ਕਰ ਲਿਆ ਹੱਥ ਦੇ ਨਾਲ 1 ਚਮਚ, ਅਤੇ ਮੇਥੀ ਜਿਹੜੀ ਆਪਣੀ ਘਰ ਦੀ ਹੈਗੀ ਆ 1 ਚਮਚ ਉਹ ਆ, ਅਤੇ ਜੀਰਾ, ਤੇਲ ਗਰਮ ਹੋਣ 'ਤੇ ਆਪਾਂ 1 ਚਮਚ ਜੀਰੇ ਦਾ ਪਾਇਆ, ਅਤੇ ਵਿੱਚ ਆਪਾਂ ਪਿਆਜ਼ ਪਾ ਦਿੱਤੇ ਹੈਗੇ,
ਸਿੰਪਲ ਉਸੇ ਤਰ੍ਹਾਂ ਆਪਾਂ ਤੜਕਾ ਬਣਾਉਣਾ ਇਹਦੇ ਵਾਸਤੇ, ਬੈਂਗਣ ਦੇ ਭਰਥੇ ਵਾਸਤੇ, ਜਿਸ ਤਰ੍ਹਾਂ ਆਮ ਆਪਾਂ ਸਬਜ਼ੀਆਂ ਲਈ ਬਣਾਉਣੇ ਆ। ਸਿਰਫ ਜਿਹੜੇ ਹੈਗੇ ਆਪਾਂ ਪਿਆਜ਼, ਸਾਰੀਆਂ ਚੀਜ਼ਾਂ, ਪਿਆਜ਼ ਟਮਾਟਰ ਉਹੀ ਲੰਬੇ ਲੰਬੇ ਕੱਟਣੇ ਆ ਤਾਂ ਜੋ ਇਹ ਸੋਹਣੇ ਲੱਗਣ ਵਿੱਚ, ਅਤੇ ਇਹਦਾ ਵੱਖਰਾ ਜਿਹਾ ਟੇਸਟ ਆਵੇ ਜਦੋਂ ਆਪਾਂ ਖਾਈਏ। ਅਤੇ ਜਦੋਂ ਅੱਧੇ ਕੁ ਪਿਆਜ਼ ਮਤਲਬ ਫਰਾਈ ਹੋ ਜਾਣ ਤਾਂ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਅਤੇ ਅਦਰਕ ਪਾ ਦੇਣਾ ਅਤੇ ਇਹਨਾਂ ਨੂੰ ਫਰਾਈ ਕਰਨਾ ਨਾਲ ਨਾਲ, ਜਦ ਤੱਕ ਆਪਣੇ ਜਿਹੜੇ ਪਿਆਜ਼ ਆ ਬਰਾਊਨ ਨਹੀਂ ਹੋ ਜਾਂਦੇ ਤਦ ਤੱਕ ਇਹਨਾਂ ਨੂੰ ਫਰਾਈ ਕਰਨਾ ਆਪਾਂ ਸਾਰੀਆਂ ਚੀਜ਼ਾਂ ਨੂੰ, ਇਸ ਤਰ੍ਹਾਂ ਲਾਉਂਦੇ ਰਹਿਣਾ। ਅਤੇ ਸਲੋ ਅੱਗ 'ਤੇ ਆਪਾਂ ਸਲੋ ਫਲੇਮ 'ਤੇ ਆਪਾਂ ਸਾਰਾ ਕੁਝ ਕਰਨਾ, ਅਤੇ ਬਾਹਲੀ ਜਲਦੀ ਨਹੀਂ ਕਰਨੀ, ਜ਼ਿਆਦਾ ਟਾਈਮ ਨਹੀਂ ਲੱਗਦਾ ਚੁੱਲ੍ਹੇ 'ਤੇ ਕੁਝ ਵੀ ਬਣਾਈਏ ਆਪਾਂ, ਜ਼ਿਆਦਾ ਟਾਈਮ ਨਹੀਂ ਲੈਂਦਾ ਗਾ। ਅਤੇ ਇੱਕ ਤਾਂ ਆਪਣਾ ਜਿਹੜੀ ਕੜਾਹੀ ਆ ਉਹ ਵੱਡੀ ਹੁੰਦੀ ਆ, ਉਸਦੇ ਵਿੱਚ ਵੀ ਜਲਦੀ ਬਣ ਜਾਂਦਾ ਕੁਛ ਵੀ ਬਣਾਈਏ ਆਪਾਂ, ਸਬਜ਼ੀ ਵੀ ਬਣਾਈਏ, ਅਤੇ ਭਰਥਾ ਤਾਂ ਬਹੁਤ ਹੀ ਘੱਟ ਟਾਈਮ 'ਚ ਬਣ ਜਾਂਦਾ। ਅਤੇ ਹੁਣ ਆਪਾਂ ਆਪਣੇ ਸੁੱਕੇ ਮਸਾਲੇ ਦੇ ਵਿੱਚ ਪਾ ਦਿਆਂਗੇ ਲੂਣ ਮਿਰਚ, ਮਿਰਚ ਅੱਧਾ ਕੁ ਚਮਚ ਪਾਇਆ, ਬਾਕੀ ਸਾਰਾ ਇੱਕ ਇੱਕ ਚਮਚ ਆ ਕਿਉਂਕਿ ਆਪਾਂ ਹਰੀਆਂ ਮਿਰਚਾਂ ਪਾਈਆਂ ਸੀ। ਅਤੇ ਆਪਣੇ ਜਿਹੜੇ ਹੈਗੇ ਆ ਬੈਂਗਣ ਸੀਗੇ ਉਹ ਵੀ ਅੱਧਾ ਕਿਲੋ ਹੀ ਸੀਗੇ, 500 ਗ੍ਰਾਮ ਬੈਂਗਣ ਸੀ। ਅਤੇ ਉਹਦੇ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਪਾਈਆਂ, 2 ਵੱਡੇ ਪਿਆਜ਼ ਪਾਏ ਆ, ਅਤੇ 2 ਮੀਡੀਅਮ ਸਾਈਜ਼ ਟਮਾਟਰ ਕੱਟੇ ਪਾਏ ਆ, 5-6 ਹਰੀਆਂ ਮਿਰਚਾਂ ਪਾਈਆਂ, ਅਤੇ ਬਸ। ਅਗਰ ਧਨੀਆ ਹੋਵੇ ਤੁਹਾਡੇ ਕੋਲ ਤੁਸੀਂ ਧਨੀਆ ਵਿੱਚ ਪਾ ਸਕਦੇ ਹੋ, ਕਸੂਰੀ ਮੇਥੀ 1 ਚਮਚ, 1 ਚਮਚ ਧਨੀਆ ਕ੍ਰਸ਼ ਕਰਕੇ ਪਾਇਆ, 1/2 ਚਮਚ ਲਾਲ ਮਿਰਚ, ਅਤੇ ਲੂਣ ਮਸਾਲਾ ਅਤੇ ਹਲਦੀ 1-1 ਚਮਚ ਪਾਇਆ। ਅਤੇ ਇਹਦੇ ਨਾਲ ਹੀ ਆਪਣਾ ਜਿਹੜਾ ਭਰਥਾ ਬਹੁਤ ਹੀ ਟੇਸਟੀ ਬਣੂਗਾ। ਜ਼ਿਆਦਾ ਮਸਾਲੇਦਾਰ ਕਈਆਂ ਨੂੰ ਖਾਣਾ ਨਹੀਂ ਪਸੰਦ ਹੈਗਾ, ਤਾਂ ਤੁਸੀਂ ਇਹ ਸਿੰਪਲ ਜਿਹੇ ਮਸਾਲੇ ਪਾ ਕੇ ਆਪਣਾ ਬੈਂਗਣ ਦਾ ਭਰਥਾ ਬਣਾ ਸਕਦੇ ਹੋ, ਕੋਈ ਜ਼ਿਆਦਾ ਵੱਡੀ ਟੈਨਸ਼ਨ ਨਹੀਂ ਹੁੰਦੀ ਕਿ ਬੈਂਗਣ ਦਾ ਭਰਥਾ ਬਣਾਉਣ ਦੀ, ਬਹੁਤ ਹੀ ਸਿੰਪਲ ਜਿਹਾ ਤਰੀਕਾ। ਹਾਂਜੀ, ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਬੈਂਗਣ ਦਾ ਭਰਥਾ ਬਣਾਉਂਦੇ ਆ ਅੱਜ ਇਹ ਤੁਹਾਨੂੰ ਦੱਸ ਰਹੇ ਹਾਂ, ਅਤੇ ਬਹੁਤ ਹੀ ਘੱਟ ਸਮੇਂ ਵਿੱਚ, ਸਿਰਫ 10 ਕੁ ਮਿੰਟ ਹੀ, 10-15 ਮਿੰਟ ਵੱਧ ਤੋਂ ਵੱਧ ਲੱਗੇ ਆ ਸਾਰੇ ਪਿਆਜ਼ ਵਗੈਰਾ ਕੱਟਣ 'ਤੇ ਵੀ, ਨਾਲ ਹੀ 15 ਕੁ ਮਿੰਟ ਵਿੱਚ ਆਪਣਾ ਬੈਂਗਣ ਦਾ ਭਰਥਾ ਬਣ ਕੇ ਤਿਆਰ ਹੋ ਗਿਆ। ਅਤੇ ਇਹ ਆਪਾਂ ਹੁਣ ਜਿਹੜੇ ਆ ਆਪਾਂ ਟਮਾਟਰ ਵੀ ਵਿੱਚ ਪਾ ਤੇ ਸੀਗੇ ਜਦੋਂ ਆਪਣਾ ਮਸਾਲੇ ਫਰਾਈ ਹੋ ਗਏ ਸੀ, ਇਹਨਾਂ ਨੂੰ ਥੋੜ੍ਹਾ ਜਿਹਾ ਆਪਾਂ ਹੁਣ ਇਸੇ ਤਰ੍ਹਾਂ ਸੇਕ ਲਵਾਵਾਂਗੇ। ਹਾਂਜੀ, ਆਪਣਾ ਜਿਹੜਾ ਹੈਗਾ ਮਸਾਲੇ ਤਿਆਰ ਹੈ, 2 ਕੁ ਮਿੰਟ 2-3 ਮਿੰਟ ਸੇਕ ਲਵਾ ਕੇ ਟਮਾਟਰ ਨੂੰ, ਅਤੇ ਫਿਰ ਆਪਾਂ ਜਿਹੜਾ ਆਪਣਾ ਬੈਂਗਣ ਬਰੀਕ ਕੱਟ ਲਏ ਸੀਗੇ ਰੋਸਟ ਕੀਤੇ ਹੋਏ ਉਹਨਾਂ ਨੂੰ ਵਿੱਚ ਪਾ ਦਿਆਂਗੇ। ਅਤੇ ਇਹ ਜਿਹੜੀ ਰੈਸਪੀ ਆ ਤੁਸੀਂ ਪਲੀਜ਼ ਘਰ ਟਰਾਈ ਜ਼ਰੂਰ ਕਰੋ, ਇੱਕ ਵੱਖਰਾ ਜਿਹਾ ਟੇਸਟ ਆਉਂਦਾ ਬਾਹਰ ਚੁੱਲ੍ਹੇ 'ਤੇ ਆਪਾਂ ਜਿਹੜੇ ਬੈਂਗਣ ਰੋਸਟ ਕਰਦੇ ਹਾਂ ਨਾ, ਉਹਦਾ ਟੇਸਟ ਬਹੁਤ ਹੀ ਵਧੀਆ ਆਉਂਦਾ, ਟਰਾਈ ਜ਼ਰੂਰ ਕਰਕੇ ਦੇਖੋ। ਅਤੇ ਆਪਣੇ ਜਿਹੜੇ ਹੈਗੇ ਆ ਅਨੁਭਵ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ, ਕਿ ਤੁਹਾਨੂੰ ਸਾਡੀ ਰੈਸਪੀ ਜਿਹੜੀ ਹੈ ਕਿਸ ਤਰ੍ਹਾਂ ਦੀ ਲੱਗੀ ਹੈ ਜ਼ਰੂਰ ਦੱਸਿਆ ਕਰੋ, ਅਤੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ। ਹਾਂਜੀ, ਆਪਣੇ ਜਿਹੜੇ ਹੈਗੇ ਮਸਾਲੇ ਚੰਗੀ ਤਰ੍ਹਾਂ ਪੱਕ ਗਏ ਸੀਗੇ, ਅਤੇ ਟਮਾਟਰ ਵੀ ਚੰਗੀ ਤਰ੍ਹਾਂ ਪੱਕ ਗਏ ਸੀ, ਅਤੇ ਹੁਣ ਆਪਾਂ ਜਿਹੜਾ ਹੈਗਾ ਆਪਣੇ ਬੈਂਗਣ ਜਿਹੜੇ ਆ ਬਰੀਕ ਕੱਟ ਲਏ ਸੀ ਰੋਸਟ ਬੈਂਗਣ, ਉਹਨਾਂ ਨੂੰ ਵਿੱਚ ਪਾ ਦਿਆਂਗੇ। ਅਤੇ ਬਸ ਤਿਆਰ ਹੀ ਆ ਜੀ ਆਪਣਾ ਬੈਂਗਣ ਦਾ ਭਰਥਾ, ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਬਣਾਇਆ ਅਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਇਆ, ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ। ਇਸ ਨੂੰ ਚੰਗੀ ਤਰ੍ਹਾਂ ਜੇਕਰ ਕੋਈ ਵੱਡੇ ਰੇਸ਼ੇ ਰਹਿ ਵੀ ਗਏ ਬੈਂਗਣ ਦੇ, ਤਾਂ ਆਪਾਂ ਇਸ ਤਰ੍ਹਾਂ ਆਪਣੀ ਕੜਛੀ ਦੀ ਹੈਲਪ ਦੇ ਨਾਲ ਉਸਨੂੰ ਮਤਲਬ ਪੀਸ ਵੀ ਸਕਦੇ ਹਾਂ, ਛੋਟੇ ਵੀ ਕਰ ਸਕਦੇ ਹਾਂ, ਕੱਟ ਵੀ ਸਕਦੇ ਹਾਂ। ਅਤੇ ਆਹ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਇਹਦੇ ਵਿੱਚ। ਜ਼ਿਆਦਾ ਤਾਂ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਹਲਦੀ ਨਹੀਂ ਪਾਉਂਦੇ ਸੀਗੇ ਪਹਿਲਾਂ ਤਾਂ, ਅਤੇ ਹੁਣ ਪਰ ਕਹਿ ਦਿੰਦੇ ਆ ਵੀ ਉਹਦਾ ਕਲਰ ਨਹੀਂ ਬਣਦਾ ਹਲਦੀ ਦੇ ਬਿਨਾਂ, ਤਾਂ ਟੇਸਟ ਵੀ ਨਹੀਂ ਆਉਂਦਾ ਗਾ, ਹਲਦੀ ਦਾ ਟੇਸਟ ਵੀ ਸੋਹਣਾ ਹੁੰਦਾ, ਬਹੁਤ ਹੀ ਵਧੀਆ ਹੁੰਦਾ। ਅਤੇ ਪਹਿਲਾਂ ਜਦੋਂ ਇਹ ਬਣਾਉਂਦੇ ਸੀਗੇ ਸਾਡੀ ਗ੍ਰੈਂਡ ਮਦਰ ਹੋਰੀ, ਉਹ ਕਹਿੰਦੇ ਵੀ ਅਸੀਂ ਹਲਦੀ ਨਹੀਂ ਪਾਉਂਦੇ ਸੀ ਬੈਂਗਣ ਦੇ ਭਰਥੇ ਦੇ ਵਿੱਚ ਬਿਨਾਂ ਹਲਦੀ ਤੋਂ ਬਣਾਉਂਦੇ ਸੀ। ਅਤੇ ਆਹ ਲਓ ਜੀ ਤਿਆਰ ਹੈ ਆਪਣਾ ਬੈਂਗਣ ਦਾ ਭਰਥਾ,
5-7 ਮਿੰਟ ਇਹਨੂੰ ਸੇਕ ਜ਼ਰੂਰ ਲਵਾਵਾਂਗੇ ਤਾਂ ਜੋ ਇਹਦੇ ਵਿੱਚ ਜੋ ਪਾਣੀ ਰਹਿ ਗਿਆ ਹੋਊਗਾ, ਪਹਿਲੀ ਗੱਲ ਤਾਂ ਨਹੀਂ ਹੈਗਾ, ਪਾਣੀ ਜਿਹੜਾ ਆਪਣਾ ਚੰਗੀ ਤਰ੍ਹਾਂ ਸੁੱਕ ਜਾਵੇ। ਅਤੇ ਹੁਣ ਆਪਣਾ ਸਬਜ਼ੀ ਬਿਲਕੁਲ ਤਿਆਰ ਹੈ, ਪਰਥਾ ਤਿਆਰ ਹੈ, ਅਤੇ ਹੁਣ ਆਪਾਂ ਇਹਦੇ ਵਿੱਚ 2-3 ਚਮਚ ਦੇਸੀ ਘਿਓ ਦੇ ਪਾ ਦਾਂਗੇ, ਕਿਉਂਕਿ ਆਇਲ ਆਪਾਂ ਪਹਿਲਾਂ ਬਹੁਤ ਘੱਟ ਯੂਜ਼ ਕੀਤਾ, ਬਿਲਕੁਲ ਸੁੱਕਾ ਸੁੱਕਾ ਆਪਣਾ ਬੈਂਗਣ ਦਾ ਭੜਥਾ ਬਣਿਆ ਸੀ। ਅਤੇ ਹੁਣ ਆਪਾਂ ਇਹਦੇ ਵਿੱਚ ਵੱਖਰੇ ਟੇਸਟ ਵਾਸਤੇ 2-3 ਚਮਚ ਦੇਸੀ ਘਿਓ ਦੇ ਪਾ ਦਿੱਤੇ ਆ, ਇਹਦੇ ਨਾਲ ਇਹਦਾ ਟੇਸਟ ਹੋਰ ਵੀ ਬਹੁਤ ਵਧੀਆ ਬਣ ਜਾਏਗਾ। ਹਾਂਜੀ, ਆਹ ਦੇਖ ਲਓ ਕਿੰਨਾ ਸੋਹਣਾ ਬਣਿਆ, ਬਹੁਤ ਹੀ ਕਲਰਫੁੱਲ ਹੈ ਅਤੇ ਬਹੁਤ ਹੀ ਵੱਖਰਾ ਜਿਹਾ ਬਣਿਆ ਆਪਣਾ ਬੈਂਗਣ ਦਾ ਭਰਤਾ, ਅਤੇ ਬਿਲਕੁਲ ਵੀ ਪਾਣੀ ਨਹੀਂ ਹੈਗਾ ਇਹਦੇ ਵਿੱਚ, ਸੁੱਕਾ ਸੁੱਕਾ ਬਣਿਆ। ਅਤੇ ਤੁਸੀਂ ਵੀ ਇਸ ਤਰੀਕੇ ਨਾਲ ਬੈਂਗਣ ਦਾ ਭਰਤਾ ਬਣਾਓ, ਆਪਣੇ ਘਰਦੇ ਨੂੰ ਖਿਲਾਓ, ਅਤੇ ਆਸ ਹੈ ਕਿ ਉਹ ਬਹੁਤ ਹੀ ਜ਼ਿਆਦਾ ਲਾਈਕ ਕਰਨਗੇ। ਅਤੇ ਸਾਡੀ ਅੱਜ ਦੀ ਜਿਹੜੀ ਵੀਡੀਓ ਆ, ਅਗਰ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਪਲੀਜ਼ ਲਾਈਕ ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਤਾਂ ਸਾਨੂੰ ਪਤਾ ਲੱਗ ਸਕੇ ਕਿ ਸਾਡੀ ਜਿਹੜੀ ਰੈਸਪੀਜ਼ ਆ ਤੁਹਾਨੂੰ ਕਿੰਨੀਆਂ ਕੁ ਪਸੰਦ ਆ ਰਹੀ ਆ। ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਆ ਆਪਣੀ ਜਿਹੜੀ ਆ ਅੱਜ ਦੀ ਰੈਸਪੀ ਹੈਗੀ, ਤੁਹਾਨੂੰ ਦੱਸੀ ਬੈਂਗਣ ਦੇ ਭਰਤੇ ਦੀ, ਬਹੁਤ ਹੀ ਈਜ਼ੀ ਸੀਗੀ। ਅਤੇ ਸਾਨੂੰ ਇਜਾਜ਼ਤ ਦਿਓ ਜੀ, ਅਗਲੀ ਵੀਡੀਓ ਦੇ ਨਾਲ ਜ਼ਰੂਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਥੈਂਕ ਯੂ।